ਭਾਜੀ ਇੱਦਾਂ ਸੀ ਕਿ ਮੈਂ ਸਵੇਰੇ ਡਿਊਟੀ ਆਫ ਕਰਕੇ ਨਾ 8:30 ਵਜੇ ਘਰ ਜਾ ਰਿਹਾ ਸੀ। 9 ਵਜੇ ਦੇ ਕਰੀਬ ਮੈਂ ਘਰ ਪਹੁੰਚਾ। ਇਹਨਾਂ ਨੇ ਪਹਿਲੇ ਪਲੈਨਿੰਗ ਬਣਾਈ ਹੋਈ ਸੀਗੀ ਅਤੇ ਬੰਦੇ ਪਹਿਲੇ ਖੜੇ ਸੀਗੇ ਗੇਟ ਦੇ ਬਾਰੇ, ਬਾਈਕ ਗਲੀ ਦੇ ਵਿੱਚ ਪੂਰੀ ਕਵਰ ਕੀਤੀ ਸੀ ਨਾ। ਜਦੋਂ ਮੈਂ ਜਾ ਕੇ ਹਾਰਨ ਹੂਰਨ ਮਾਰੇ ਇਹਨਾਂ ਨੇ ਬਾਈਕ ਦੀ ਸਾਈਡ 'ਤੇ ਕੀਤੀ ਅਤੇ ਮੈਂ ਜਦੋਂ ਬੋਰਡਰ ਲੱਗਾ ਅਗਲੀ ਗਲੀ 'ਚੋਂ ਉਹਨੂੰ, ਜਦੋਂ ਇਹ ਬੁੱਢਾ ਬਾਹਰ ਨਿਕਲਾ, ਇੱਕ ਮੁੰਡਾ ਸੁਦੇਸ਼ ਕੁਮਾਰ ਦਾ ਵਿੱਕੀ ਬੁੱਢਾ ਬਾਹਰ ਆਇਆ, ਇਹ ਲਿਆਉਂਦੇ ਨੇ ਮੈਂ ਕਿਹਾ ਬਾਈਕ ਕਦੋਂ ਇੱਕ ਵਾਰੀ ਕਿਤੇ ਨੇ ਆਪਣੇ ਵਾਲੀ ਜਿਹੜੇ ਮੁੰਡੇ ਖੜੇ ਉਹਨਾਂ ਨੂੰ ਪਾਇਆ, ਇੱਧਰ ਭੈਣ 'ਚ ਤੁਸੀਂ ਦੇਖੀ ਜਾਣਾ। ਇਹ ਲਿਆਉਂਦੇ ਨੇ ਕੱਚ ਹੱਥ 'ਚ ਪਾਇਆ ਸੀਗਾ ਇੱਕ ਨੇ, ਇਹਨੇ ਆ ਕੇ ਇਹਦੇ ਦੂਜਾ ਬੜਾ ਸਰ ਇੱਕ ਗੋਲੋਂ ਫੜ ਲਿਆ ਆ ਕੇ ਸੁਦੇਸ਼ ਕੁਮਾਰ ਨੇ, ਅਤੇ ਇਹਨੇ ਆ ਕੇ ਪੰਜ ਮਾਰੇ ਸ਼ੁਰੂ ਕਰਤੇ। ਮੇਰੇ ਪੰਜ ਇੱਥੇ ਮਾਰਿਆ, ਇੱਕ ਸੁਦੇਸ਼ ਕੁਮਾਰ ਦੇ ਹੱਥ 'ਚ ਗਬਲਾ ਆਇਆ ਉਹਨੇ ਗਬਲਾ ਸਿਰ 'ਚ ਮਾਰਿਆ। ਸਾਡੀ ਇਹਨਾਂ ਦੀ ਇੱਦਾਂ ਸੀ ਕਿ ਮੇਰੇ ਭਰਾ ਦਾ ਕਤਲ ਕੀਤਾ ਸੁਦੇਸ਼ ਕੁਮਾਰ ਨੇ, ਅਮਨਦੀਪ ਨੇ ਸੋਮਨਾਥ ਨੇ। ਅੱਛਾ, ਕੇਸ ਚੱਲਦਾ ਇਹਨਾਂ ਦਾ, ਸਾਡਾ ਕੇਸ ਚੱਲਦਾ ਜੀ, 306 ਦਾ 34 ਦਾ ਕੇਸ ਲੱਗਾ ਹੋਇਆ ਅਤੇ ਉਹ ਜਮਾਨਤਾਂ 'ਤੇ ਆਏ ਹੋਏ ਆ ਇਹ, ਜਿੱਦਾਂ ਦੇ ਜਮਾਨਤ ਹੈ ਉੱਦਾਂ ਦੇ ਉੱਦਾਂ ਕੱਢਣ ਦੀ ਕੋਸ਼ਿਸ਼ ਕਰਦੇ ਆ ਜੀ ਇਹ। ਅਤੇ ਇੱਕ ਪਰਲੀ ਗਲੀ ਥੜੀ ਇਹਦੇ ਗੱਡੀ ਸਾਡੇ ਘਰ ਦੇ ਮੂਹਰੇ ਲਾਈ, ਉੱਥੇ ਦੀ ਉੱਦਾਂ ਹੀ ਰੰਗ ਹੁੰਦਾ, ਇੱਧਰੋਂ ਨੰਗਾ ਹੈਗਾ ਸੀ, ਇੱਧਰੋਂ ਇਹਨੇ ਮੋਟਰਸਾਈਕਲ ਆਇਆ ਸੀ। ਇਹ ਵੀ ਪਿੰਡ ਦੇ ਹੀ ਭਾਜੀ? ਹਾਂਜੀ, ਸਾਡੇ ਗਵਾਂਢੀ ਆ ਜੀ, ਦੋ ਜਣੇ। ਇੱਕ ਸੋਮਨਾਥ ਹੈ ਜੀ, ਇੱਕ ਬਿਕਸ਼ ਦੇ ਇਹਦਾ ਵਿੱਕੀ ਆ, ਇੱਕ ਸੁਦੇਸ਼ ਕੁਮਾਰ ਸੀਗਾ, ਇੱਕ ਅਮਨਦੀਪ ਹੈ, ਇੱਕ ਅਮਨ ਦੀ ਡੈਡੀ ਹੈ ਸ਼ਿੱਦਾ। ਇਹ 5-7 ਜਣੇ ਇਕੱਠੇ ਸੀਗੇ ਜੀ, ਇਹਨੇ ਇਕੱਠਾ ਨੇ ਮੈਨੂੰ ਫੜ ਲਿਆ, ਇਹਨਾਂ ਫੜ ਕੇ ਇੱਕ ਨੇ ਸਿਰ 'ਚ ਗਮਲਾ ਮਾਰਿਆ ਅਤੇ ਸੁਦੇਸ਼ ਕੁਮਾਰ ਦੇ ਮੁੰਡੇ ਨੇ ਪੰਚ ਪੁੱਚ ਮਾਰੇ। ਠੀਕ ਹੈ ਹਾਂਜੀ, ਜਦੋਂ ਬੁੜੀਆਂ ਬੁੜੀਆਂ ਇਕੱਠੇ ਹੋ ਗਈਆਂ ਸਾਡੇ ਪਰਿਵਾਰ ਦੀਆਂ, ਇਹਨਾਂ ਨੇ ਆ ਕੇ ਛੁਡਾ ਤਾ। ਕਾਫੀ ਚਿਰ ਹਜੇ ਕਿਹੜਾ ਪਿੰਡ ਭਾਜੀ? ਸਾਡਾ ਮੁਬਾਰਕਪੁਰ ਸ਼ੇਖੇ ਪਿੰਡ ਹੈ। ਸ਼ੇਖੇ ਪਿੰਡ? ਹਾਂਜੀ, ਪਹਿਲਾਂ ਜੀ ਮੇਰੇ ਬ੍ਰਦਰ ਦਾ ਕਤਲ ਕਰਕੇ ਜੀ ਉਹਨੂੰ ਲੈ ਦੇ ਪੱਟੇ, ਉਹ ਸਾਡਾ 306 ਦਾ ਪਰਚਾ ਕੱਟਿਆ ਹੋਇਆ ਲੱਗਾ, ਉਹਦੀ ਜਮਾਨਤਾਂ 'ਤੇ ਆਏ ਹੋਏ। ਠੀਕ ਹੈ ਹਾਂਜੀ, ਥੋੜ੍ਹੇ ਦਿਨ ਹੋਏ ਜਮਾਨਤਾਂ 'ਤੇ ਆਏ ਨੂੰ, ਉੱਧਰ ਦੇ ਇਹ ਰਦਸ਼ ਕਰਦੀ, ਇੱਕ ਦਿਨ ਮੈਨੂੰ ਬਾਹਰ ਵੀ ਘੇਰਨ ਦੀ ਕੋਸ਼ਿਸ਼ ਕੀਤੀ, ਉਸ ਟਾਈਮ ਮੈਂ ਨਿਕਲ ਗਿਆ, ਮੈਂ ਗੌਰ ਨਹੀਂ ਕੀਤੀ, ਬਾਜਾ ਬੁਜਾ ਮਾਰਦੇ ਨੇ ਪਿੱਛੋਂ ਘਰ, ਮੈਂ ਗੌਰ ਨਹੀਂ, ਮੈਂ ਨਿਕਲ ਗਿਆ ਰਾਤ ਦਾ ਟਾਈਮ। ਹੁਣ ਮੈਂ 8:30 ਵਜੇ ਡਿਊਟੀ ਆਫ ਕੀਤੀ, ਬੇਸ਼ੱਕ ਮੇਰੀ ਕੰਪਨੀ 'ਚੋਂ ਕੈਮਰੇ ਲੱਗੇ, ਉੱਥੋਂ ਮੇਰੀ ਸਾਰੀ ਸਟੇਟਮੈਂਟ ਕਢਾਈ ਜਾਵੇ। ਮੈਂ ਘਰ ਘਰ ਆ ਰਿਹਾ ਸੀਗਾ, ਉਹਦੇ ਨੂੰ ਇਹਨਾਂ ਨੇ ਮੈਨੂੰ ਘੇਰ ਲਿਆ ਆ ਕੇ, ਕਾਫੀ ਰਿਹਾਸਮੈਂਟ ਕੀਤੀ, ਕੁੱਟਮਾਰ ਕੀਤੀ। ਕੋਈ ਨਾ, ਜਮਾਨਤਾਂ ਕੈਂਸਲ ਹੋ ਹੀ ਜਾਣੀਆਂ, ਤੁਸੀਂ ਪਰਚੇ ਦਵਾ ਦੇਣਾ।